ਮੈਂ ਬਹੁਤ ਇੰਜੋਏ ਕੀਤਾ ਕਿਉਂਕਿ ਮੈਂ ਪਿਛਲੇ 3 ਸਾਲ ਤੋਂ ਇਹ ਕੈਰੈਕਟਰ ਨੂੰ ਜੀ ਰਿਹਾ ਦੀਪਾ ਬਾਈ ਜੋਰਾ 10 ਨੰਬਰੀ ਵਿੱਚ ਵੀ ਸੀਗਾ ਇਹਦੇ 'ਚ ਤੁਸੀਂ ਦੇਖ ਹੀ ਲਿਆ ਹੁਣ ਇਹਦੇ 'ਚ ਜੋਰੇ ਦੀ ਅਤੇ ਦੀਪੇ ਦੀ ਕੈਮਿਸਟਰੀ ਹੈ ਜਿਹੜੀ ਉਹ ਹੋਰ ਵੀ ਜ਼ਿਆਦਾ ਮਤਲਬ ਸਟਰੋਂਗ ਹੋ ਗਈ ਹੈ ਲੋਕਾਂ ਦੇ ਸਾਨੂੰ ਫੋਨ ਆਉਂਦੇ ਸੀਗੇ ਟ੍ਰੇਲਰ ਦੇਖਣ ਤੋਂ ਬਾਅਦ ਵੀ ਯਾਰ ਬੜਾ ਮਾੜਾ ਕੀਤਾ ਧੋਖਾ ਦੇ ਤਾ ਜੇ ਉਹ ਅਸੀਂ ਲੋਕਾਂ ਨੂੰ ਉਲਝਾਇਆ ਸੀਗਾ ਉਹ ਅਸੀਂ ਸਪੈਸ਼ਲ ਸ਼ੂਟ ਕਰਿਆ ਸੀਗਾ ਲੋਕਾਂ ਨੂੰ ਐਂ ਕਰਨ ਵਾਸਤੇ ਵੀ ਅਤੇ ਬਟ ਉਹ ਤੋਂ ਵੀ ਫਿਲਮ ਦੇਖ ਹੀ ਲਈ ਹੋਣੀ ਅਤੇ ਲੋਕਾਂ ਲਈ ਮੈਸੇਜ ਇਹ ਹੈ ਕਿ ਜਿਹਨਾਂ ਨੇ ਫਿਲਮ ਨਹੀਂ ਦੇਖੀ ਪਿਕਚਰ ਅਭੀ ਬਾਕੀ ਆ ਮੇਰੇ ਦੋਸਤ ਬਿਲਕੁਲ ਬਾਕੀ ਹੈ ਸਰ ਬਿਲਕੁਲ ਬਾਕੀ ਆ ਨਾਲ ਤਾਂ ਤੀਜੇ 'ਚ ਦੇਖਿਓ ਕੀ ਕਰਦੇ ਹਾਂ ਉਹ ਥਰਡ ਲੈਵਲ ਆ ਇਹ ਸੈਕੰਡ ਲੈਵਲ ਸੀ ਉਹ ਥਰਡ ਲੈਵਲ ਆ ਹਰ ਚੀਜ਼ ਦਾ ਊਂ ਸਰ ਬਹੁਤ ਹੀ ਵਧੀਆ ਹੈ ਤੁਹਾਨੂੰ ਕਿੱਦਾਂ ਦਾ ਲੱਗਿਆ ਮੂਵੀ ਦੇ ਵਿੱਚ ਆਪਣਾ ਪ੍ਰੋਡਿਊਸਰ ਐਜ਼ ਅ ਪ੍ਰੋਡਿਊਸਰ ਕਰਕੇ ਐਜ਼ ਏ ਪ੍ਰੋਡਿਊਸਰ ਵਧੀਆ ਹੀ ਹੈ ਜਦੋਂ ਤੁਸੀਂ ਕੋਈ ਚੰਗੀ ਚੀਜ਼ ਸਮਾਜ ਨੂੰ ਦਿੰਦੇ ਹੋ ਜਿਹਦੇ ਬਾਰੇ ਲੋਕ ਗੱਲਾਂ ਕਰਨ ਠੀਕ ਹੈ ਅੱਜ ਪਬਲਿਕ ਪਲੇਟਫਾਰਮ 'ਤੇ ਫਿਲਮ ਆ ਗਈ ਹੈ ਅਤੇ ਮੈਂ ਰਿਵਿਊਜ਼ ਪੜ੍ਹ ਰਿਹਾ ਲੋਕਾਂ ਦੇ ਅਤੇ ਬਟ ਨੈਚੁਰਲ ਜਿਹੜੀ 2 ਸਾਲ ਦੀ ਮਿਹਨਤ ਥਕਾਵਟ ਸੀ ਅੱਜ ਇੱਕਦਮ ਉੱਚੀ ਉਤਰ ਗਈ ਹੈ ਦੇਖੋ ਸੋਸ਼ਲ ਮੈਸੇਜ ਇਹ ਹੈ ਕਿ ਪੋਲੀਟਿਕਸ ਦੇ ਉੱਤੇ ਅਸੀਂ ਬਹੁਤ ਸਵਾਲ ਕੀਤੇ ਨੇ ਠੀਕ ਹੈ ਜੀ ਗੁਣਾਤੰਤਰ ਦੇ ਉੱਤੇ ਸਾਡੇ ਬਹੁਤ ਸਾਰੇ ਸਵਾਲ ਨੇ ਠੀਕ ਹੈ ਵਰਲਡ ਆਫ ਕ੍ਰਾਈਮ ਦੇ ਉੱਤੇ ਸਾਡੇ ਬਹੁਤ ਸਾਰੇ ਸਵਾਲ ਨੇ ਠੀਕ ਹੈ ਉਹ ਜਦੋਂ ਹੁਣ ਲੋਕ ਦੇਖਣਗੇ ਲੋਕ ਆਪਣੇ ਹਿਸਾਬ ਨਾਲ ਉਹਨੂੰ ਲੈਣਗੇ ਕਿ ਕਿਸ ਤਰ੍ਹਾਂ ਦਾ ਹੈਗਾ ਜਦੋਂ ਵੀ ਕਿਸੇ ਫਿਲਮ ਦਾ ਸੀਕੁਅਲ ਬਣਾਉਂਦੇ ਹਾਂ ਅਸੀਂ ਤਾਂ ਸਾਡੇ 'ਤੇ ਜ਼ਿੰਮੇਵਾਰੀ ਵੱਧ ਜਾਂਦੀ ਹੈ ਤੁਸੀਂ ਫਿਲਮ ਦੇਖ ਹੀ ਚੁੱਕੇ ਹੋ ਕਿ ਪਹਿਲਾ ਪਾਰਟ ਨਾਲੋਂ ਦੂਜੇ ਪਾਰਟ ਦੇ ਵਿੱਚ ਪੂਰਾ ਧਿਆਨ ਰੱਖਿਆ ਗਿਆ ਹਰ ਚੀਜ਼ ਦਾ ਅਤੇ ਤੀਜੇ ਲਈ ਡੈਫੀਨੇਟਲੀ ਇਸ ਤੋਂ ਵਧੀਆ ਹੀ ਆਏਗਾ ਪਹਿਲੀ ਸੋਨੇ ਦੀ ਖਾਣ ਸਾਡੇ ਨਾਲ ਸੋਨੀਆ ਮਾਨ ਕਿੱਦਾਂ ਮੈਮ ਵਧੀਆ ਵਧੀਆ ਅਤੇ ਮੂਵੀ ਕਿੱਦਾਂ ਦੀ ਲੱਗੀ ਤੁਹਾਨੂੰ ਬਹੁਤ ਵਧੀਆ ਲੱਗੀ ਐਂਡ ਫਸਟ ਟਾਈਮ ਮੈਂ ਇੰਨੇ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਪੰਜਾਬੀ ਮੂਵੀ ਇੰਨੀ ਵਧੀਆ ਹੋ ਸਕਦੀ ਆ ਲਾਈਕ ਡਾਇਰੈਕਟਰ ਦਾ ਬਹੁਤ ਵਧੀਆ ਕੰਮ ਆ ਸਿਨੇਮੇਟੋਗ੍ਰਾਫਰ ਦਾ ਬਹੁਤ ਵਧੀਆ ਕੰਮ ਆ ਮੈਂ ਸਪੈਸ਼ਲੀ ਅੱਜ ਫਿਲਮ ਦੇਖਣ ਆਈ ਹਾਂ ਗੁਗੂ ਜੀ ਦੀ ਵਜ੍ਹਾ ਤੋਂ ਬਿਕੋਜ਼ ਉਹ ਮੈਨੂੰ ਕਹਿੰਦੇ ਸੀ ਕਿ ਤੂੰ ਜਾਣਾ ਹੀ ਆ ਫਿਲਮ ਦੇਖਣ ਵਾਸਤੇ ਬਾਕੀ ਆਸ਼ੀਸ਼ ਜੀ ਨੇ ਵੀ ਬਹੁਤ ਵਧੀਆ ਕੰਮ ਕੀਤਾ ਗੁਗੂ ਜੀ ਦੀ ਹਰਿਆਣਵੀ ਲੈਂਗੁਏਜ ਇਜ਼ ਅਮੇਜ਼ਿੰਗਲੀ ਵੈਰੀ ਨਾਈਸ ਐਂਡ ਬਾਕੀ ਸਿੰਗੇ ਨੇ ਵੀ ਬਹੁਤ ਵਧੀਆ ਕੰਮ ਕੀਤਾ ਇਟ ਡਜ਼ਨਟ ਸੀਮ ਲਾਈਕ ਕਿ ਸਿੰਗੇ ਨੇ ਪਹਿਲੀ ਫਿਲਮ ਕੀਤੀ ਆ ਹੀ ਇਜ਼ ਵੈਰੀ ਕੰਫੀਡੈਂਟ ਔਰ ਸਾਰਿਆਂ ਦਾ ਕੰਮ ਵਧੀਆ ਮਾਹੀ ਗਿੱਲ ਦਾ ਵੀ ਕੰਮ ਬਹੁਤ ਵਧੀਆ ਐਜ਼ ਅ ਪੁਲਿਸ ਆਫਿਸਰ ਚੌਧਰੀ ਸਾਹਿਬ ਕੀ ਹਰਿਆਣਾ ਵੀ ਬੜੀ ਅਲੱਗ ਸੀ ਆਪਕੋ ਹਾਂ ਬੜੀ ਅਲੱਗ ਸੀ ਤੇ ਆਪਣਾ ਮੈਮ ਬੈਸਟ ਕਰੈਕਟਰ ਕਿਹੜਾ ਲੱਗਾ ਤੁਹਾਨੂੰ ਇਸ ਮੂਵੀ ਦੇ ਵਿੱਚ ਗੁਗੂ ਜੀ ਦਾ ਬਹੁਤ ਵਧੀਆ ਕੰਮ ਆ ਐਂਡ ਆਸ਼ੀਸ਼ ਜੀ ਐਜ਼ ਮੈਂ ਉਹਨਾਂ ਨਾਲ ਹਾਣੀ 'ਚ ਕੰਮ ਕੀਤਾ ਸੀਗਾ ਹੀ ਇਜ਼ ਅ ਅਮੇਜ਼ਿੰਗ ਐਕਟਰ ਸੋ ਬਾਕੀ ਮੈਨੂੰ ਸਾਰਿਆਂ ਦਾ ਕੰਮ ਵਧੀਆ ਲੱਗਾ ਮੈਨੂੰ ਮਾਹੀ ਜੀ ਦਾ ਕੰਮ ਬਹੁਤ ਵਧੀਆ ਲੱਗਾ ਸਿੰਗੇ ਨੇ ਬਹੁਤ ਵਧੀਆ ਕੰਮ ਕੀਤਾ ਸਭ ਤੋਂ ਵੱਡੀ ਗੱਲ ਹੈ ਕਿ ਪੂਰੀ ਇੰਡਸਟਰੀ ਵਾਸਤੇ ਬਹੁਤ ਵਧੀਆ ਗੱਲ ਹੈ ਕਿ ਇੱਕ ਨਵਾਂ ਸੁਪਰਸਟਾਰ ਆ ਗਿਆ ਔਰ ਇੱਕ ਵਧੀਆ ਪ੍ਰੋਡਿਊਸਰ ਆ ਗਿਆ ਜਿਹੜਾ ਵਪਾਰੀ ਨਹੀਂ ਹੈਗਾ ਜਿਹੜਾ ਪੈਸ਼ਨ ਦੇ ਨਾਲ ਫਿਲਮ ਬਣਾਈ ਜਿਸ ਪੈਸ਼ਨ ਦੇ ਨਾਲ ਬਣਾਈ ਗਈ ਹੈ ਸਮਝਦਾਰੀ ਨਾਲ ਬਣਾਈ ਗਈ ਹੈ ਅਤੇ ਪੂਰੀ ਇੰਡਸਟਰੀ ਵਾਸਤੇ ਵਧੀਆ ਗੱਲ ਹੈ ਅਤੇ ਹੁਣ ਤੱਕ ਤੁਸੀਂ ਫਿਲਮ ਜਿਹੜੀ ਦੇਖੀ ਹੈ ਉਹਦੇ ਵਿੱਚ ਬੈਸਟ ਸੀਨ ਕਿਹੜਾ ਲੱਗਾ ਤੁਹਾਨੂੰ ਬੜੇ ਸਾਰੇ ਸੀਗੇ ਜਿਹੜਾ ਮਤਲਬ ਹੋਬੀ ਧਾਲੀਵਾਲ ਸਾਹਿਬ ਦੇ ਨਾਲ ਜਿਹੜਾ ਸੀਨ ਸੀਗਾ ਮੈਨੂੰ ਉਹ ਬੜਾ ਚੰਗਾ ਲੱਗਿਆ ਵਾ ਹੋਰ ਵੀ ਬੜੇ ਸਾਰੇ ਸੀਨ ਸੀਗੇ ਜਿੱਥੇ ਜਿੱਥੇ ਦੀਪਾ ਬਾਈ ਦੀ ਐਂਟਰੀ ਹੁੰਦੀ ਹੈ ਉਹ ਐਂਟਰੀ ਬਹੁਤ ਸੋਹਣੀ ਲੱਗੀ ਕਿਉਂਕਿ ਉਹ ਪੂਰੀ ਬੋਡੀ ਲੈਂਗੁਏਜ ਨਾ ਜਿੱਦਾਂ ਪੰਜਾਬੀ ਹੀਰੋ ਹੁੰਦਾ ਜਾਂ ਹੋਣਾ ਚਾਹੀਦਾ ਉਹ 'ਚ ਦਿਖ ਰਿਹਾ ਉਹਦੀ ਬੋਡੀ ਲੈਂਗੁਏਜ ਦੇ ਵਿੱਚ ਉਸਦੀ ਉਹਦੀ ਲੁਕਸ ਦੇ ਵਿੱਚ ਉਹਦੀ ਆਵਾਜ਼ ਦੇ ਵਿੱਚ ਉਹਦੇ ਬੋਲਣ ਦੇ ਸਟਾਈਲ ਦੇ ਵਿੱਚ ਉਹਦੇ ਤੁਰਨ ਦੇ ਵਿੱਚ ਜੋ ਪੰਜਾਬੀ ਹੀਰੋ ਹੋਣਾ ਚਾਹੀਦਾ ਉਹ ਇੱਦਾਂ ਦਾ ਉਹ ਦੇਖਦਾ ਪਿਆ ਉਹ ਦੇਖ ਕੇ ਬਹੁਤ ਖੁਸ਼ੀ ਹੁੰਦੀ